ਸਤਿ ਸ਼੍ਰੀ ਅਕਾਲ ਦੋਸਤੋ ਕਰੋ ਸਬਸਕ੍ਰਾਈਬ ਸਾਡਾ ਚੈਨਲ ਸਾਡੀਆਂ ਹੋਰ ਵੀਡੀਓ ਦੇਖਣ ਲਈ ਹਾਂਜੀ ਦੋਸਤੋ ਤੁਹਾਨੂੰ ਇਹ ਜਾਣਕਾਰੀ ਸੋਸ਼ਲ ਮੀਡੀਆ ਉੱਤੇ ਸ਼ੇਅਰ ਹੋ ਰਹੇ ਪੋਸਟਰਾਂ ਦੇ ਆਧਾਰ ਤੇ ਦਿੱਤੀ ਜਾਂਦੀ ਹੈ ਜੇਕਰ ਕੋਈ ਕਪ ਕਿਸੇ ਕਾਰਨ ਕਰਕੇ ਮੁਲਤਵੀ ਜਾਂ ਕੈਨਸਲ ਕੀਤਾ ਜਾਂਦਾ ਹੈ ਤੇ ਸਾਨੂੰ ਜਾਣਕਾਰੀ ਨਹੀਂ ਮਿਲਦੀ ਤਾਂ ਮਾਫੀ ਚਾਹਾਂਗੇ ਜੀ ਬਾਕੀ ਤੁਸੀਂ ਹੋਰ ਜਾਣਕਾਰੀ ਲਈ ਪੋਸਟਰਾਂ ਉੱਤੇ ਦਿੱਤੇ ਨੰਬਰਾਂ ਉੱਤੇ ਸੰਪਰਕ ਕਰ ਸਕਦੇ ਹੋ ਜੀ ਤੇ ਜਾਣਕਾਰੀ ਲੈ ਸਕਦੇ ਹੋ ਤਾਂ ਕਰੋ ਜੀ ਨੋਟ ਅੱਜ ਦੇ ਕੱਪ ਅੱਜ ਦਾ ਪਹਿਲਾ ਕੱਪ ਕਰਾਇਆ ਜਾ ਰਿਹਾ ਜੀ ਪਿੰਡ ਕਨਸਾਲਾ ਰੁਤਕ ਵਿਖੇ ਜਿੱਥੇ ਕਬੱਡੀ ਨੈਸ਼ਨਲ ਸਟਾਈਲ ਦੇ ਮੁਕਾਬਲੇ ਹੋਣਗੇ ਜੀ ਤੇ ਪਹਿਲਾ ਇਨਾਮ ਹੋਵੇਗਾ 51000 ਰੁਪਿਆ ਦੂਜਾ ਇਨਾਮ 31000 ਰੁਪਿਆ ਤੇ ਤੀਜਾ ਇਨਾਮ ਹੋਵੇਗਾ 21000 ਰੁਪਿਆ ਜੀ ਤੇ ਅੱਜ ਦਾ ਦੂਜਾ ਮੈਚ ਹੋਵੇਗਾ ਜੀ ਪਿੰਡ ਠੁੱਠੀਵਾਲ ਬਰਨਾਲਾ ਵਿਖੇ ਜਿੱਥੇ ਕਬੱਡੀ 58 ਕਿਲੋ ਤੇ ਕਬੱਡੀ 65 ਕਿਲੋ ਦੇ ਮੁਕਾਬਲੇ ਹੋਣਗੇ ਜੀ 58 ਕਿਲੋ ਨੂੰ ਪਹਿਲਾ ਇਨਾਮ 3100 ਰੁਪਿਆ ਪਲੱਸ ਕੱਪ ਤੇ ਦੂਸਰਾ ਇਨਾਮ 2100 ਪਲੱਸ ਕੱਪ ਹੋਵੇਗਾ ਜੀ ਤੇ ਦੋ ਖਿਡਾਰੀ ਬਾਹਰੋਂ ਖੇਡ ਸਕਦੇ ਨੇ ਜੀ ਤੇ ਕਬੱਡੀ 65 ਕਿਲੋ ਨੂੰ ਪਹਿਲਾ ਇਨਾਮ 5100 ਰੁਪਿਆ ਤੇ ਦੂਸਰਾ ਇਨਾਮ 4100 ਰੁਪਿਆ ਤੇ ਦੋ ਖਿਡਾਰੀ ਬਾਹਰੋਂ ਖੇਡ ਸਕਦੇ ਨੇ ਜੀ ਤੇ ਦੋਸਤੋ ਕਬੱਡੀ 58 ਕਿਲੋ ਤੇ 65 ਕਿਲੋ ਦੇ ਬੈਸਟਾਂ ਨੂੰ ਕੱਪ ਦਿੱਤੇ ਜਾਣਗੇ ਜੀ ਤੇ ਇੱਥੇ ਹੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਤਨਾਮ ਖੇੜੀ ਚੈਲਾ ਭਾਈ ਗੁਰਮਾ ਤੇ ਰਣਦੀਰ ਤੀਰਾ ਦਾ ਵਿਸ਼ੇਸ਼ ਸਨਮਾਨ ਹੋਵੇਗਾ ਜੀ ਤੇ ਗੱਲ ਕਰ ਲਈ ਜੀ ਦੇ ਤੀਜੇ ਕੱਪ ਦੀ ਅੱਜ ਆ ਤੀਜਾ ਕੱਪ ਕਰਵਾਇਆ ਜਾ ਰਿਹਾ ਜੀ ਪਿੰਡ ਜਿੰਦਰਾਣ ਕਲਾਂ ਰੁਤਕ ਵਿਖੇ ਜਿੱਥੇ ਕਬੱਡੀ ਓਪਨ ਦੇ ਮੁਕਾਬਲੇ ਹੋਣਗੇ ਜੀ ਨੈਸ਼ਨਲ ਸਟਾਈਲ ਕਬੱਡੀ ਹੋਵੇਗੀ ਤੇ ਪਹਿਲਾ ਇਨਾਮ 51000 ਰੁਪਇਆ ਦੂਜਾ 31000 ਤੇ ਤੀਜਾ ਇਨਾਮ 21000 ਰੁਪਇਆ ਹੋਵੇਗਾ ਜੀ ਤੇ ਕੁੜੀਆਂ ਦੇ ਮੁਕਾਬਲੇ ਵੀ ਹੋਣਗੇ ਜੀ ਤੇ ਪਹਿਲਾ ਇਨਾਮ 31000 ਤੇ ਦੂਜਾ ਇਨਾਮ 21000 ਤੇ ਤੀਜਾ ਇਨਾਮ 11000 ਰੁਪਇਆ ਹੋਵੇਗਾ ਜੀ ਤੇ ਗੱਲ ਕਰਦੇ ਆਂ ਜੀ ਅਗਲੇ ਕੱਪ ਦੀ ਅੱਜ ਦਾ ਅਗਲਾ ਕੱਪ ਕਰਵਾਇਆ ਜਾ ਰਿਹਾ ਹੈ ਜੀ ਪਿੰਡ ਉੱਚਾ ਬੋੜ ਸੁਲਤਾਨਪੁਰ ਲੋਧੀ ਵਿਖੇ ਜਿੱਥੇ ਕਬੱਡੀ ਓਪਨ ਦੇ ਮੁਕਾਬਲੇ ਹੋਣਗੇ ਜੀ ਤੇ ਪਹਿਲਾ ਇਨਾਮ 71000 ਰੁਪਇਆ ਤੇ ਦੂਜਾ ਨਾਮ 51000 ਰੁਪਇਆ ਹੋਵੇਗਾ ਜੀ ਤੇ ਬੈਸਟ ਰੀਡਰ ਤੇ ਬੈਸਟ ਜਾਫੀ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਜੀ ਤੇ ਇੱਕ ਗੱਲ ਨੋਟ ਕਰਨੀ ਜੀ ਇੱਥੇ ਕੇਵਲ ਸੱਦੀਆਂ ਗਈਆਂ ਟੀਮਾਂ ਦੇ ਹੀ ਮੈਚ ਕਰਵਾਏ ਜਾਣਗੇ ਜੀ ਤੇ ਗੱਲ ਕਰਦੇ ਹਾਂ ਜੀ ਅੱਜ ਦੇ ਅਗਲੇ ਕੱਪ ਦੀ ਅੱਜ ਦਾ ਅਗਲਾ ਕੱਪ ਕਰਾਇਆ ਜਾ ਰਿਹਾ ਜੀ ਪਿੰਡ ਕਲੌਦੀ ਵਿਖੇ ਜਿੱਥੇ ਕਬੱਡੀ 45 52 ਪੁਆਇੰਟ ਤੇ 75 ਕਿਲੋ ਦੇ ਮੁਕਾਬਲੇ ਹੋਣਗੇ ਜੀ ਤੇ ਇਨਾਮਾਂ ਦੀ ਗੱਲ ਕਰ ਲਈਏ 75 ਕਿਲੋ ਨੂੰ ਪਹਿਲਾ ਨਾਮ 15000 ਤੇ ਦੂਜਾ ਨਾਮ 10000 ਰੁਪਏ ਹੋਵੇਗਾ 50 ਕਿਲੋ ਨੂੰ ਪਹਿਲਾ ਨਾਮ 7100 ਤੇ ਦੂਜਾ 5100 52 ਕਿਲੋ ਨੂੰ ਪਹਿਲਾ ਨਾਮ 5200 ਤੇ 4100 ਰੁਪਏ ਦੂਜਾ ਨਾਮ ਹੋਵੇਗਾ ਜੀ ਤੇ 45 ਕਿਲੋ ਨੂੰ ਪਹਿਲਾ ਨਾਮ 4100 ਤੇ ਦੂਜਾ ਨਾਮ 3100 ਰੁਪਏ ਹੋਵੇਗਾ ਤੇ ਕੱਲ ਨੂੰ ਇੱਥੇ ਕਬੱਡੀ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ ਜੀ ਤੇ ਅੱਜ ਦਾ ਅਗਲਾ ਮੈਚ ਹੋਵੇਗਾ ਜੀ ਪਿੰਡ ਟੱਪੀ ਜ਼ਿਲ੍ਹਾ ਸਰਸਾ ਵਿਖੇ ਜਿੱਥੇ ਕਬੱਡੀ 72 ਕਿਲੋ ਤੇ ਕਬੱਡੀ ਓਪਨ ਦੇ ਮੁਕਾਬਲੇ ਹੋਣਗੇ ਜੀ ਤੇ ਗੱਲ ਕਰੀ ਇਨਾਮਾਂ ਦੀ ਜੀ ਕਬੱਡੀ 72 ਕਿਲੋ ਨੂੰ ਪਹਿਲਾ ਇਨਾਮ 8100 ਰੁਪਿਆ ਤੇ ਦੂਜਾ ਇਨਾਮ 6500 ਰੁਪਿਆ ਹੋਵੇਗਾ ਜੀ ਤੇ ਦੋ ਖਿਡਾਰੀ ਬਾਹਰੋਂ ਖੇਡ ਸਕਦੇ ਨੇ ਜੀ ਤੇ ਓਪਨ ਨੂੰ ਪਹਿਲਾ ਇਨਾਮ 31000 ਤੇ ਦੂਜਾ ਇਨਾਮ 21000 ਰੁਪਿਆ ਹੋਵੇਗਾ ਜੀ ਤੇ ਇੱਕ ਟੀਮ ਵਿੱਚ ਤਿੰਨ ਖਿਡਾਰੀ ਬਾਹਰੋਂ ਖੇਡ ਸਕਦੇ ਨੇ ਜੀ ਤੇ ਗੱਲ ਕਰੀ ਜੀ ਅਗਲੇ ਕੱਪ ਦੀ ਅਗਲਾ ਕੱਪ ਕਰਵਾਇਆ ਜਾ ਰਿਹਾ ਜੀ ਪਿੰਡ ਲੰਬੀ ਵਿਖੇ ਜਿੱਥੇ ਕਬੱਡੀ 80 ਕਿਲੋ ਤੇ ਕਬੱਡੀ 75 ਕਿਲੋ ਦੇ ਮੁਕਾਬਲੇ ਹੋਣਗੇ ਜੀ 75 ਕਿਲੋ ਨੂੰ ਰੋਲ ਹੋਵੇਗੀ ਜੀ ਕੇਵਲ ਲੰਬੀ ਬਲਾਕ ਦੀ ਤੇ ਪਹਿਲਾ ਇਨਾਮ 4100 ਪਲੱਸ ਕੱਪ ਤੇ ਦੂਜਾ ਇਨਾਮ 3100 ਪਲੱਸ ਕੱਪ ਹੋਵੇਗਾ ਜੀ ਤੇ 80 ਕਿਲੋ ਵਿੱਚ ਤਿੰਨ ਖਿਡਾਰੀ ਬਾਹਰੋਂ ਖੇਡ ਸਕਦੇ ਨੇ ਜੀ ਤੇ ਪਹਿਲਾ ਇਨਾਮ 15000 ਰੁਪਇਆ ਹੋਵੇਗਾ ਤੇ ਦੂਜਾ ਇਨਾਮ 9900 ਰੁਪਇਆ ਹੋਵੇਗਾ ਜੀ ਤੇ ਅੱਜ ਦਾ ਅਗਲਾ ਕੱਪ ਕਰਵਾਇਆ ਜਾ ਰਿਹਾ ਜੀ ਪਿੰਡ ਗਾਗੋਵਾਲ ਵਿਖੇ ਜਿੱਥੇ ਕਬੱਡੀ 52 ਕਿਲੋ ਤੇ ਕਬੱਡੀ 75 ਕਿਲੋ ਦੇ ਮੁਕਾਬਲੇ ਹੋਣਗੇ ਜੀ ਤੇ ਕਬੱਡੀ 52 ਕਿਲੋ ਨੂੰ ਪਹਿਲਾ ਇਨਾਮ 5100 ਰੁਪਏ ਤੇ ਦੂਜਾ ਇਨਾਮ 3100 ਰੁਪਏ ਹੋਵੇਗਾ ਜੀ ਤੇ 75 ਕਿਲੋ ਨੂੰ ਪਹਿਲਾ ਇਨਾਮ 13000 ਤੇ ਦੂਜਾ ਇਨਾਮ 8100 ਰੁਪਏ ਹੋਵੇਗਾ ਜੀ ਤੇ 75 ਕਿਲੋ ਦੇ ਬੈਸਟ ਰੇਡਰ ਤੇ ਜਾਫੀ ਨੂੰ 25-2500 ਰੁਪਏ ਨਾਲ ਸਨਮਾਨ ਹੋਵੇਗਾ ਜੀ ਤੇ 52 ਕਿਲੋ ਦੇ ਬੈਸਟ ਰੇਡਰ ਤੇ ਜਾਫੀ ਨੂੰ ਕਾਪਾਂ ਨਾਲ ਸਨਮਾਨ ਕੀਤਾ ਜਾਵੇਗਾ ਜੀ ਤੇ ਅੱਜ ਦਾ ਅਗਲਾ ਕੱਪ ਹੋਵੇਗਾ ਜੀ ਪਿੰਡ ਰਾਠਦਣਾ ਸੋਨੀਪੱਤ ਹਰਿਆਣਾ ਵਿਖੇ ਜਿੱਥੇ 52 ਕਿਲੋ ਨੈਸ਼ਨਲ ਸਟਾਈਲ ਕਬੱਡੀ ਦੇ ਮੁਕਾਬਲੇ ਹੋਣਗੇ ਜੀ ਤੇ ਪਹਿਲਾ ਇਨਾਮ ਹੋਵੇਗਾ 11000 ਰੁਪਿਆ ਤੇ ਦੂਜਾ ਇਨਾਮ 6500 ਰੁਪਿਆ ਤੇ ਤੀਜਾ ਇਨਾਮ 5100 ਰੁਪਿਆ ਹੋਵੇਗਾ ਜੀ ਤੇ ਅੱਜ ਦੇ ਦਿਨ ਅਗਲਾ ਕੱਪ ਹੋਵੇਗਾ ਜੀ ਪਿੰਡ ਵਿਕਾਸਨਗਰ ਦੇਰਾਦੁਨ ਉੱਤਰਾਖੰਡ ਵਿਖੇ ਜਿੱਥੇ 올 ਇੰਡੀਆ ਕਬੱਡੀ ਟੂਰਨਾਮੈਂਟ ਹੋਵੇਗਾ ਜੀ ਤੇ ਗੱਲ ਕਰ ਲਈ ਇਨਾਮ ਦੀ ਪਹਿਲਾ ਇਨਾਮ ਹੋਵੇਗਾ ਜੀ 111000 ਰੁਪਿਆ ਦੂਜਾ ਇਨਾਮ 71000 ਰੁਪਿਆ ਤੇ ਤੀਜਾ ਇਨਾਮ 51000 ਰੁਪਿਆ ਹੋਵੇਗਾ ਜੀ ਤੇ ਅੱਜ ਦਾ ਅਗਲਾ ਕੱਪ ਹੋਵੇਗਾ ਜੀ ਪਿੰਡ ਡਿੰਗਰ ਮਾਜਰਾ ਕਰਨਾਲ ਵਿਖੇ ਜਿੱਥੇ ਕਬੱਡੀ ਓਪਨ ਦੇ ਮੁਕਾਬਲੇ ਹੋਣਗੇ ਜੀ ਤੇ ਪਹਿਲਾ ਇਨਾਮ 71000 ਰੁਪਿਆ ਦੂਜਾ ਇਨਾਮ 41000 ਰੁਪਿਆ ਤੇ ਤੀਜਾ ਇਨਾਮ 21000 ਰੁਪਿਆ ਹੋਵੇਗਾ ਜੀ ਤੇ 5 ਤੋਂ 8 ਤੱਕ 5100 ਰੁਪਿਆ ਦਿੱਤਾ ਜਾਵੇਗਾ ਜੀ ਤੇ ਬੈਸਟ ਰੇਡਰ ਤੇ ਜਾਫੀ ਨੂੰ 11-11000 ਰੁਪਿਆ ਹੋਵੇਗਾ ਜੀ ਤੇ ਦੋ ਖਿਡਾਰੀ ਬਾਅਦ ਦੇ ਖੇਡ ਸਕਦੇ ਨੇ ਜੀ ਇੱਕ ਟੀਮ ਚ ਅੱਜ ਦੀ ਵੀਡੀਓ ਵਿੱਚ ਦੋਸਤੋ ਸਿਰਫ ਇੰਨਾ ਹੀ ਹਾਂਜੀ ਦੋਸਤੋ ਜੇਕਰ ਤੁਸੀਂ ਹਜੇ ਤੱਕ ਵੀ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ ਸਾਡਾ ਚੈਨਲ ਤੇ ਜੁੜੋ ਸਾਡੇ ਨਾਲ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਹੈ